ਬਾਬਾ ਹੀ ਕਹਿੰਦੇ ਹੁੰਦੇ ਸੀ, ਕਹਿੰਦੇ 4 ਯੁੱਗ ਹੋ ਗਏ ਸਾਨੂੰ ਆਉਂਦੇ ਹਨ ਅਤੇ ਅੱਜ ਤੱਕ ਕਿਸੇ ਨੇ ਬਦਲੀ ਨਹੀਂ ਕੀਤੀ। ਅਤੇ ਕਹਿੰਦੇ ਜਿਹੜੇ ਪਹਿਲੇ ਦਿਨ ਤੋਂ ਸਾਡੇ ਨਾਲ ਆਉਂਦੇ ਸੀ ਅੱਜ ਤੱਕ ਵੀ ਉਹ ਹੀ ਨਾਲ ਹੀ ਆਉਂਦੇ। ਕਹਿੰਦੇ ਕੋਈ ਪਹਿਲਾਂ ਆ ਜਾਂਦਾ ਵਾ ਅਤੇ ਕੋਈ ਬਾਅਦ 'ਚ ਆ ਜਾਂਦਾ, ਪਰ ਕਹਿੰਦੇ ਉਹ ਹੀ ਪਿਆਰੇ ਜਿਹੜੇ ਪਹਿਲਾਂ ਤੋਂ ਸ਼ੁਰੂ ਤੋਂ ਨਾਲ ਆਏ ਆ ਅੱਜ ਤੱਕ ਉਹ ਹੀ ਨਾਲ ਆਈ ਜਾਣਦੇ। ਬਾਬਾ ਹੀ ਬਚਨ ਕਰਦੇ ਹੁੰਦੇ ਸੀ ਕਿ ਜਪਜੀ ਸਾਹਿਬ ਕੱਚਾ ਦੁੱਧ ਵਾ, ਨਾਮ ਮੱਖਣ ਦੇ ਸਮਾਨ ਆ ਅਤੇ ਸੁਖਮਨੀ ਸਾਹਿਬ ਅਮਰ ਕਥਾ ਵਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਬਾਣੀ ਠਹਿਰਾ ਠਹਿਰਾ ਕੇ, ਨਖੇੜ ਨਖੇੜ ਕੇ ਅਤੇ ਸਮਝ ਸਮਝ ਕੇ ਪੜ੍ਹਨੀ ਚਾਹੀਦੀ ਆ। ਜਿਵੇਂ ਅਸੀਂ ਛੇਤੀ ਛੇਤੀ ਮੁਕਾਉਣ ਵਾਲਾ ਕੰਮ ਕਰਦੇ ਹਾਂ ਵੀ ਜਪਜੀ ਮੁੱਕ ਜੇ 5-7 ਮਿੰਟਾਂ 'ਚ, ਇਹ ਕੰਮ ਨਹੀਂ। ਕਹਿੰਦੇ ਬਾਣੀ ਸਮਝ ਸਮਝ ਕੇ ਪੜ੍ਹਨੀ ਚਾਹੀਦੀ ਆ, ਪਤਾ ਵੀ ਲੱਗੇ ਵੀ ਬਾਣੀ ਕਹਿਣਾ ਕੀ ਚਾਹੁੰਦੀ ਆ, ਸਾਨੂੰ ਗੁਰੂ ਸਾਹਿਬ ਉਪਦੇਸ਼ ਕੀ ਕਰਨ ਡੇ ਆ। ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਰੱਬ ਭੇਖ ਵਿੱਚ ਨਹੀਂ ਆ, ਗੁਰੂ ਦੇ ਬਚਨ ਵਿੱਚ ਆ। ਵੀ ਗੁਰੂ ਦਾ ਬਚਨ ਮੰਨਣਾ ਹੀ ਰੱਬ ਨੂੰ ਪਾਉਣਾ ਵਾ। ਬਾਬਾ ਜੀ ਕਹਿੰਦੇ ਹੁੰਦੇ ਸੀ ਗੁਰੂ ਘਰੋਂ 2 ਪੰਥ ਚੱਲਣੇ ਆ, ਇੱਕ ਭਗਤੀ ਭਾਉ ਵਾਲਿਆਂ ਦਾ ਅਤੇ ਇੱਕ ਬੀਰ ਰਸ ਗਾਤਰਿਆਂ ਵਾਲਿਆਂ ਦਾ। ਅਤੇ ਕਹਿੰਦੇ ਦੋਵੇਂ ਸਾਡੇ ਆ, ਜਿਹਦੇ ਵਿੱਚ ਮਰਜ਼ੀ ਦਾਖਲ ਹੋ ਜਾਓ, ਅਤੇ ਜਿੰਨੇ ਖੰਡੇ ਬਾਟੇ ਦੀ ਅੰਮ੍ਰਿਤ ਛਕਣਾ ਵਾ, ਜਿੰਨੇ ਖੰਡੇ ਬਾਟੇ ਦੀ ਪੌਲ ਛਕਣੀ ਆ, ਮੋਹਰ ਲਵਾਉਣੀ ਗੁਰੂ ਦੀ, ਉਹ ਅਕਾਲ ਤਖਤ ਸਾਹਿਬ ਤੋਂ ਜਾ ਕੇ ਲਵਾ ਸਕਦਾ। ਬਾਬਾ ਜੀ ਕਹਿੰਦੇ ਜਿੰਨੇ ਮੀਟ ਸ਼ਰਾਬ ਮਲਬਾ ਖਾਣੇ ਖਾਣੇ ਛੱਡਦੇ, ਸਮਝੋ ਉਹਨੇ ਗੁਰੂ ਅੱਗੇ ਸਿਰ ਰੱਖਤਾ। ਮਹਾਂਪੁਰਸ਼ ਕਹਿੰਦੇ ਸੀ ਅਕਲ ਨਸ਼ਟ ਸੁੱਖਾ ਅਤੇ ਧਰਮ ਨਸ਼ਟ ਹੁੱਕਾ, ਦੇਹ ਨਸ਼ਟ ਫੀਮ ਅਤੇ ਧਨ ਨਸ਼ਟ ਦਾਰੂ, ਕੋਈ ਵਿਰਲਾ ਗੁਰਮੁਖ ਟੱਪੇ ਨਾਲ ਚਿੱਤ ਗਲਿਆ। ਬਾਬਾ ਜੀ ਕਹਿੰਦੇ ਸੀ ਅੰਨ ਨਸ਼ਾ ਹੋਰ ਮਸਤਾਈ, ਸਤਸੰਗ ਗੰਗਾ ਹੋਰ ਸਭ ਖਾਈ। ਬਾਬਾ ਜੀ ਨਾਮ ਬਾਰੇ ਬਚਨ ਕਰਦੇ ਹੁੰਦੇ ਸੀ, ਕਹਿੰਦੇ ਹਰ ਸਿਮਰਨ ਕੀ ਪਹਿਲੀ ਪੌੜੀ, ਵੈਸ਼ਨੋ ਬਿਰਤੀ ਦਾ ਦਰ ਖੋਲੋ, ਸਵਾਸ ਲਵੋ ਸਤਨਾਮ ਕਹੋ, ਸਵਾਸ ਛੱਡੋ ਤੋ ਵਾਹਿਗੁਰੂ ਬੋਲੋ। ਕਹਿੰਦੇ ਰੱਬ ਦਾ ਨਾਂ ਲੈਣਾ, ਵੈਸ਼ਨੋ ਬਿਰਤੀ ਧਾਰ ਕੇ ਜਦੋਂ ਸਾਹ ਅੰਦਰ ਲੋ ਲੈਣਾ ਸਤਨਾਮ, ਅਤੇ ਜਦੋਂ ਬਾਹਰ ਨੂੰ ਛੱਡਣਾ ਵਾਹਿਗੁਰੂ। ਬਾਬਾ ਜੀ ਕਿ ਉਹ ਜਿਹੜਾ ਵੀ ਨਾਮ ਜਪਣ ਦਾ ਤਰੀਕਾ ਪੁੱਛਦਾ ਹੁੰਦਾ ਸੀ, ਨਾਮ ਦੀ ਦਾਤ ਮੰਗਦਾ ਸੀ, ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਸਾਹ ਅੰਦਰ ਲਿਓ ਲੈਣਾ ਸਤਨਾਮ ਅਤੇ ਬਾਹਰ ਨੂੰ ਛੱਡਣਾ ਵਾਹਿਗੁਰੂ, ਸਵਾਸਾਂ ਨੂੰ ਹੀ ਮਾਲਾ ਬਣਾ ਲੈਣਾ। ਅਤੇ ਬਾਬਾ ਜੀ ਕੋ ਕਿਸੇ ਗੁਰਮੁਖ ਪਿਆਰੇ ਨੇ ਨਾਮ ਦੀ ਦਾਤ ਮੰਗੀ, ਕਹਿੰਦਾ ਬਾਬਾ ਜੀ ਨਾਮ ਦੀ ਦਾਤ ਬਖਸ਼ੋ, ਬਾਬਾ ਜੀ ਚੁੱਪ ਰਹੇ। ਅਤੇ ਦੋਹਰੇ ਫਿਰ ਉਹਨਾਂ ਆਖਿਆ ਬਾਬਾ ਜੀ ਨਾਮ ਦੀ ਦਾਤ ਬਖਸ਼ੋ, ਮਹਾਂਪੁਰਸ਼ ਫਿਰ ਚੁੱਪ ਰਹੇ। ਜੋ ਤੀਜੀ ਵਾਰ ਆਖਿਆ ਤੇ ਬਾਬਾ ਜੀ ਕਹਿੰਦੇ ਵੀ ਜੇ ਤੈਨੂੰ ਨਾਮ ਤੋਂ ਵੀ ਵੱਡੀ ਚੀਜ਼ ਦੇ ਦਈਏ। ਅਤੇ ਉਹ ਗੁਰਮੁਖ ਪਿਆਰਾ ਬੜਾ ਖੁਸ਼ ਹੋਇਆ, ਕਹਿੰਦਾ ਹਾਂਜੀ ਬਾਬਾ ਜੀ ਕਿਰਪਾ ਕਰੋ। ਕਹਿੰਦੇ ਸੱਚ ਬੋਲਿਆ ਕਰ। ਬਾਬਾ ਜੀ ਕਹਿੰਦੇ ਹੁੰਦੇ ਸੱਚ ਬੋਲਣਾ ਨਾਮ ਤੋਂ ਵੀ ਉੱਤੇ ਆ, ਵੀ ਸੱਚ ਬੋਲਣਾ ਬੜਾ ਔਖਾ ਵਾ। ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਮਲ ਭੱਖ ਖਾਣੇ ਖਾ ਖਾ ਕੇ ਦੁਨੀਆ ਨਰਕ ਭਰੀ ਜਾਣ ਡਈ ਆ, ਅਤੇ ਜਦੋਂ ਧਰਮਰਾਜ ਅੱਗੇ ਲੇਖਾ ਜੋਖਾ ਹੁੰਦਾ ਵਾ ਅਤੇ ਆਪਣੇ ਗੁਨਾਹਾਂ ਤੋਂ ਮੁਨਕਰ ਹੋ ਜਾਂਦੇ ਆ, ਅਤੇ ਕਹਿੰਦੇ ਆ ਵੀ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਵੀ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ। ਅਤੇ ਬਾਬਾ ਜੀ ਕਹਿੰਦੇ ਵੀ ਸਾਧ ਕੌਣ ਆ, ਵੀ ਸਾਧਾਂ ਦੱਸਣਾ ਉਹਨਾਂ ਨੂੰ ਅਤੇ ਸਾਧ ਕੌਣ ਆ। ਬਾਬਾ ਜੀ ਕਹਿੰਦੇ ਵੀ ਸਾਧ ਜਿਹੜੇ ਗੁਰੂ ਘਰਾਂ ਦੇ ਕਥਾਵਾਚਕ ਕੀਰਤਨੀ, ਜਿਹੜੇ ਦਰਵਾਜ਼ੇ ਖੋਲ੍ਹਦੇ ਗ੍ਰੰਥੀ, ਉਹ ਸਾਧ। ਅਤੇ ਕਹਿੰਦੇ ਇਹਨਾਂ ਕਿੱਥੋਂ ਦੱਸਣਾ ਵਾ, ਇਹ ਤਾਂ ਚੋਰੀ ਛਿਪੇ ਆਪ ਦਾ ਲਾ ਲੈਂਦੇ ਆ। ਕਹਿੰਦੇ ਇਹਨਾਂ ਦਾ ਤਾਂ ਆਪਣਾ ਧਿਆਨ ਜੇਬਾਂ ਭਰਨ ਵਾਲਾ। ਅਤੇ ਬਾਬਾ ਜੀ ਕਹਿੰਦੇ ਜਿੱਥੇ ਵੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਜਾਂ ਸੰਗਤ ਇਕੱਤਰ ਹੋਈ ਹੁੰਦੀ ਆ, ਗੁਰੂ ਦੀ ਗੱਲ ਚੱਲਣ ਦੀ ਹੁੰਦੀ ਆ, ਸਾਡਾ ਇੱਕ ਸੁਨੇਹਾ ਸੰਗਤਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ ਕਿ ਸਾਨੂੰ ਮਲ ਭੱਖ ਖਾਣੇ ਨਹੀਂ ਖਾਣੇ ਚਾਹੀਦੇ। ਇਹ ਵਿਵੇਕ ਨੂੰ ਭ੍ਰਿਸ਼ਟ ਕਰਦੇ ਆ, ਮਲ ਭੱਖ ਖਾਣੇ ਖਾਣ ਵਾਲਿਆਂ 'ਤੇ ਬਾਣੀ ਅਸਰ ਨਹੀਂ ਕਰਦੀ। ਬਾਬਾ ਜੀ ਕਹਿੰਦੇ ਜਿਹੜਾ ਜਿੰਨੀਆਂ ਬੋਟੀਆਂ ਮਾਸ ਦੀਆਂ ਖਾਊਗਾ ਉਹਨੂੰ ਉਨੀ ਵਾਰ ਹੀ ਸਿਰ ਵਢਾਉਣਾ ਪੈਣਾ। ਕਹਿੰਦੇ ਅਕਾਲ ਪੁਰਖ ਨੇ ਬੜਾ ਅੰਨ ਦਿੱਤਾ ਵਾ ਖਾਣ ਵਾਸਤੇ, ਕਹਿੰਦੇ ਮਲ ਭੱਖ ਖਾਣੇ ਨਹੀਂ ਖਾਣੇ ਚਾਹੀਦੇ, ਵੈਸ਼ਨੋ ਬਿਰਤੀ ਧਾਰ ਕੇ ਬਾਣੀ ਪੜ੍ਹਿਆ ਕਰੋ।
ਅਤੇ ਕਹਿੰਦੇ ਜਦੋਂ ਸਾਡੇ ਬੱਚੂ ਇਹ ਸੁਨੇਹਾ ਦਿੰਦੇ ਆ, ਜੇ ਕੋਈ ਸੰਗਤ ਵਿੱਚ ਬਾਹਾਂ ਖੜੀਆਂ ਕਰਦਾ ਅਤੇ ਅੱਜ ਤੋਂ ਤੌਬਾ ਕਰਦਾ ਵਾ ਮੀਟ ਮੱਛੀ ਮਾਸ ਦੀਆਂ ਜਾਂ ਸ਼ਰਾਬ ਹੋਰ ਨਸ਼ਿਆਂ ਤੋਂ ਮਲਬਾ ਖਾਣੇ ਤੋਂ ਤੌਬਾ ਕਰਦਾ ਵਾ, ਅਸੀਂ ਉਹਦੇ ਗਵਾਹ ਹੋਵਾਂਗੇ। ਸਾਧ ਸੰਗਤ ਉਹਦੀ ਜਾਮਣੀ ਭਰੂਗੀ, ਉਹਨੂੰ ਦਰਗਾਹ 'ਚ ਕੋਈ ਲੇਖਾ ਨਹੀਂ ਪੁੱਛੂਗਾ। ਕਹਿੰਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਉਹਦੇ, ਉਹਨੂੰ ਕੋਈ ਲੇਖਾ ਨਹੀਂ ਪੁੱਛੂਗਾ, ਪਰ ਮਲਬਾ ਖਾਣੇ ਨਹੀਂ ਖਾਣੇ। ਬਾਬਾ ਜੀ ਨੇ ਸਾਰੀ ਉਮਰ ਵੈਸ਼ਨੂੰ ਬਿਰਤੀ ਦਾ ਉਪਦੇਸ਼ ਦਿੱਤਾ। ਜੇ ਬਾਬਾ ਜੀ ਦਾ ਸਿਰਮੌਰ ਜਾਂ ਬਾਬਾ ਜੀ ਦਾ ਸ੍ਰੋਮਣੀ ਉਪਦੇਸ਼ ਕਿਹਾ ਜਾਏ ਤਾਂ ਬਾਬਾ ਜੀ ਵੈਸ਼ਨੂੰ ਬਿਰਤੀ ਬਾਰੇ ਕਹਿੰਦੇ ਹੁੰਦੇ, ਕਹਿੰਦੇ ਵੈਸ਼ਨੂੰ ਬਿਰਤੀ ਧਾਰਨ ਕਰਨੀ ਆ ਅਤੇ ਬਾਣੀ ਪੜ੍ਹਨੀ ਆ ਅਤੇ ਗੁਰੂ ਸਾਰਿਆਂ ਦਾ ਗੁਰੂ ਨਾਨਕ ਆ। ਅਸੀਂ ਭਾਈ ਭਾਈ ਹੋ ਸਕਦੇ ਹਾਂ, ਕੋਈ ਵੱਡਾ ਭਾਈ ਕੋਈ ਛੋਟਾ ਭਾਈ, ਪਰ ਗੁਰੂ ਕੋਈ ਨਹੀਂ ਹੋ ਸਕਦਾ, ਗੁਰੂ ਸਿਰਫ ਗੁਰੂ ਨਾਨਕ ਆ। ਅਤੇ ਕਹਿੰਦੇ ਜਿਹੜਾ ਦਸ ਗੁਰੂਆਂ ਨੂੰ ਵੱਖ ਕਰਕੇ ਵਹਿੰਦਾ ਨਾ, ਵੀ ਦਸ ਗੁਰੂ ਵੱਖਰੇ ਵੱਖਰੇ, ਇਹ ਕਈ ਜਿੱਦਾਂ ਕਹਿ ਦਿੰਦੇ ਆ ਵੀ ਅਸੀਂ ਪਹਿਲੇ ਪਾਤਸ਼ਾਹ ਨੂੰ ਮੰਨਦੇ, ਪਹਿਲੇ ਕੋਈ ਕਹਿੰਦਾ ਪੰਜਾਂ ਨੂੰ ਮੰਨਦੇ, ਕੋਈ ਕਹਿੰਦਾ ਸੱਤਾਂ ਨੂੰ ਮੰਨਦੇ ਹਾਂ, ਕਈ ਹੈਗੇ ਗੁਰਮੁਖ ਪਿਆਰੇ, ਕਈ ਕਹਿ ਦਿੰਦੇ, ਕਈ ਗੁਰਦੁਆਰਿਆਂ 'ਚ ਵੀ ਇੱਦਾਂ ਹੀ ਆ ਵੀ ਅਸੀਂ ਇੰਨੇ ਗੁਰੂਆਂ ਨੂੰ ਮੰਨਦੇ। ਕਹਿੰਦੇ ਜਿਹੜਾ ਗੁਰੂਆਂ ਨੂੰ ਦਸਾਂ ਗੁਰੂਆਂ ਨੂੰ ਵੱਖ ਕਰਕੇ ਵਹਿੰਦਾ ਵਾ ਉਹ ਬਖਸ਼ਿਆ ਨਹੀਂ ਜਾਊਗਾ, ਉਹ ਨਰਕਾਂ ਦਾ ਭਾਗੀਦਾਰ ਆ। ਕਹਿੰਦੇ ਦਸ ਗੁਰੂ ਦਸ ਸਰੀਰ ਜ਼ਰੂਰ ਆ ਪਰ ਜੋਤ ਇੱਕ ਆ, ਅਤੇ ਦਸਾਂ ਗੁਰੂਆਂ ਨੂੰ ਇੱਕ ਕਰਕੇ ਮੰਨਣਾ। ਜਿਵੇਂ ਇੱਕ ਵਾਰੀ ਡਾਕਟਰ ਸਾਹਿਬ ਦੇ ਮਨ 'ਚ ਫੁਰਨਾ ਫੁਰਿਆ ਅਤੇ ਉਹਨਾਂ ਪਤਾਸੇ ਖਰੀਦੇ ਨਸ਼ਹਿਰਾ ਮੱਝਾਂ ਸੌ ਤੋਂ, ਅਤੇ ਕਹਿੰਦੇ ਵੀ ਜੇ ਅੱਜ ਬਾਬਾ ਜੀ ਨੇ ਮੇਰੇ ਪਤਾਸੇ ਸਵੀਕਾਰ ਕਰ ਲਏ ਤਾਂ ਮੈਂ ਸਮਝੂੰਗਾ ਕਿ ਬਾਬਾ ਜੀ ਮੇਰੇ ਗੁਰੂ ਆ। ਅਤੇ ਡਾਕਟਰ ਸਾਹਿਬ ਉੱਥੋਂ ਤੁਰ ਪਏ ਨਸ਼ਹਿਰਿਓਂ ਘੁੰਮਣਾ ਵੱਲ ਨੂੰ, ਅਤੇ ਸ਼ੀਨੇ ਪੁੱਜੇ ਅਤੇ ਬਾਬਾ ਜੀ ਅੱਗਿਓਂ ਟੱਕਰ ਗਏ, ਅਤੇ ਡਾਕਟਰ ਸਾਹਿਬ ਨੇ ਮੱਥਾ ਟੇਕ ਕੇ ਅਤੇ ਪਤਾਸੇ ਫੜਾਏ ਅਤੇ ਬਾਬਾ ਜੀ ਨੇ ਮੱਥੇ ਨਾਲ ਲਾ ਕੇ ਵਾਪਸ ਕਰਤੇ। ਅਤੇ ਬਾਬਾ ਜੀ ਕਹਿੰਦੇ ਤੇਰੇ ਸਾਨੂੰ ਪੁੱਜ ਗਏ ਆ, ਅਤੇ ਨਾਲ ਹੀ ਕਿਹਾ ਕਹਿੰਦੇ ਗੁਰੂ ਸਿਰਫ ਗੁਰੂ ਨਾਨਕ, ਬਾਕੀ ਅਸੀਂ ਸਾਰੇ ਭਾਈ ਭਾਈ ਹੋ ਸਕਦੇ ਹਾਂ, ਕੋਈ ਵੱਡਾ ਭਾਈ ਕੋਈ ਛੋਟਾ ਭਾਈ, ਗੁਰੂ ਸਿਰਫ ਗੁਰੂ ਨਾਨਕ ਨੂੰ ਮੰਨਣਾ, ਹੋਰ ਕਿਸੇ ਨੂੰ ਨਹੀਂ। ਬਾਬਾ ਜੀ ਕਹਿੰਦੇ ਸੀ ਵੀ ਲੋਕ ਥਾਂ ਥਾਂ 'ਤੇ ਮੱਥੇ ਟੇਕਦੇ ਫਿਰਦੇ ਆ ਵੀ ਮੱਥਾ ਇੱਕ ਠੀਕ ਥੋੜ੍ਹਾ, ਕਦੀ ਕਿਤੇ ਭਾਂਤੀ ਕਦੀ ਕਿਤੇ, ਅਤੇ ਕਹਿੰਦੇ ਮੱਥਾ ਸਿਰਫ ਗੁਰੂ ਨਾਨਕ ਸਾਹਿਬ ਨੂੰ ਟੇਕਣਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ, ਕਹਿੰਦੇ ਬੜੀ ਕੀਮਤੀ ਵਸਤੂ ਆ। ਕਹਿੰਦੇ ਦੇਵੀ ਦੇਵਤਿਆਂ ਗੁਰੂ ਦੇ ਜਿਹੜੇ ਦੇਵੀ ਦੇਵਤੇ ਆ ਇਹ ਗੁਰੂ ਘਰ ਨੂੰ ਸੰਨ ਲਾਉਂਦੇ ਆ, ਕਹਿੰਦੇ ਵਰ ਸ਼ਰਾਬ ਤਾਂ ਤੁਹਾਨੂੰ ਦੇ ਸਕਦੇ ਆ ਪਰ ਮੁਕਤੀ ਸਿਰਫ ਗੁਰੂ ਜਾਂ ਗੁਰੂ ਨਾਨਕ ਸਾਹਿਬ ਹੀ ਦੇ ਸਕਦੇ, ਗੁਰਬਾਣੀ ਹੀ ਮੁਕਤੀ ਦੇ ਸਕਦੀ ਆ, ਹੋਰ ਕੋਈ ਤੁਹਾਨੂੰ ਮੁਕਤੀ ਨਹੀਂ ਦੇ ਸਕਦਾ। ਬਾਬਾ ਜੀ ਨੇ ਸਾਰੀ ਉਮਰ ਗੁਰਬਾਣੀ ਪੜ੍ਹਨ ਅਤੇ ਵੈਸ਼ਨੂੰ ਬਿਰਤੀ ਦਾ ਉਪਦੇਸ਼ ਦਿੱਤਾ।